ਇੰਡੀਅਨ ਟਾਈਮਜ਼ ਜਿਹੜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਐਨਸੀਆਰ ਨੇ ਮੰਗਲਵਾਰ ਨੂੰ 1 ਸਾਲ ਦਾ ਆਪਣਾ ਸਭ ਤੋਂ ਪ੍ਰਦੂਸ਼ਿਤ ਹਵਾ ਦਾ ਸਾਹਮਣਾ ਕੀਤਾ, ਜੋ ਕਿ ਦੀਵਾਲੀ ਦੇ ਬਾਅਦ ਵਾਲੇ ਦਿਨ ਤੋਂ ਵੀ ਖਰਾਬ ਸੀ, ਜਿਸ ਵਿੱਚ ਆਸਮਾਨ ਵਿੱਚ ਧੁੰਦ ਦੀ ਪੀਲੀ ਚਾਦਰ ਜਹੀ ਵਿਛੀ ਹੋਈ ਸੀ। ਸ਼ਹਿਰ ਵਿੱਚ ਪ੍ਰਦੂਸ਼ਣ ਦੇ ਇਸ ਖਰਾਬ ਹਾਲ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਰਾਜਧਾਨੀ ਵਿੱਚ ਪ੍ਰਾਇਮਰੀ ਸਕੂਲ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਐਸਏਡੀ ਦੀ ਦਿੱਲੀ ਇਕਾਈ ਨੇ ਪੰਜਾਬ ਵਿੱਚ ਵਿਪਕਸ਼ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ, ਜਿਸ ਤੋਂ ਪੁਲਿਸ ਨੂੰ ਉਨ੍ਹਾਂ ਉੱਤੇ ਪਾਣੀ ਦਾ ਫੁਵਾਰੇ ਮਾਰਨੇ ਪਏ। ਇੱਕ ਅਦਾਲਤ ਨੇ ਉਸਦੇ ਖਿਲਾਫ 2015 ਵਿੱਚ ਹੈਰੋਇਨ ਦੀ ਸੀਮਾ ਪਾਰ ਤਸਕਰੀ ਮਾਮਲੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਮਤਦਾਤਾਵਾਂ ਨੂੰ 9 ਨਵੰਬਰ ਨੂੰ ਖਾਸ ਛੁੱਟੀਆਂ ਦੇਣ ਦੀ ਘੋਸ਼ਣਾ ਕੀਤੀ ਹੈ, ਜੋ ਪੰਜਾਬ ਵਿੱਚ ਆਫਿਸ, ਕਾਰਪੋਰੇਸ਼ਨਸ, ਬੋਰਡਸ ਅਤੇ ਸਿੱਖਿਆ ਸੰਸਥਾਨਾਂ ਵਿੱਚ ਕਾਰਜਰਤ ਹੈ। ਇਹ ਵਿਧਾਨ ਸਭਾ ਚੁਣਾਵ ਦੇ ਮੱਦੇਨਜ਼ਰ ਕੀਤਾ ਗਿਆ ਹੈ। ਮਲਵਾ ਇਲਾਕੇ ਦੇ ਅੱਡ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਧਾਨ ਦੀ ਜਗ੍ਹਾ ਕਪਾਸ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। ਇਸਦੀ ਵਜ੍ਹਾ ਹੈ ਕਿ ਪਿਛਲੇ ਸਾਲ ਕਪਾਸ ਨੇ ਬਹੁਤ ਮੁਨਾਫਾ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਓਰਾਇਨ ਗਰੁੱਪ ਦੇ 3 ਟਰੱਸਟੀਜ਼ ਦੀ ਅਗਰਿਮ ਜ਼ਮਾਨਤ ਯਾਚਿਕਾ ਉੱਤੇ 10 ਦਿਨ ਦੇ ਅੰਦਰ ਫੈਸਲਾ ਦੇਣ। ਇਹ ਇਸੇ ਸਮੂਹ ਦੇ ਗੁਰੂਗ੍ਰਾਮ ਦੇ ਇੱਕ ਸਕੂਲ ਵਿੱਚ 7 ਸਾਲ ਦੇ ਬੱਚੇ ਦੀ ਹੱਤਿਆ ਦੇ ਸੰਦਰਭ ਵਿੱਚ ਹੈ। ਅੰਮ੍ਰਿਤਸਰ ਸਥਿਤ ਕੁਝ ਕੰਪਨੀਜ਼ ਦੁਆਰਾ ਓਪੀਓਇਡ ਬੇਸਡ ਪੇਨ ਕਿਲਰ ਟ੍ਰਾਮਾਡੋਲ ਦਾ ਅਵੈਧ ਨਿਰਮਾਣ ਦਾ ਕਾਰੋਬਾਰ ਕਰੋੜਾਂ ਵਿੱਚ ਹੈ। ਹਾਲਾਂਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਰੋਕਣ ਦੇ ਲਈ ਬਸ ਛੋਟੇ ਮੋਟੇ ਕਦਮ ਚੁੱਕੇ ਗਏ ਹਨ। ਹਰਿਆਣਾ ਪੁਲਿਸ ਨੇ 7 ਲੋਕਾਂ ਦੇ ਖਿਲਾਫ ਬੀਫ ਬਿਰਿਆਨੀ ਵੇਚਣ ਦੇ ਆਰੋਪ ਵਿੱਚ FIR ਦਰਜ ਕੀਤਾ ਹੈ। 2016 ਵਿੱਚ ਇਹ ਵਿਵਾਦ ਉੱਠਣ ਦੇ ਬਾਅਦ ਹੀ ਉਹਨਾਂ ਦੀ ਬਿਰਿਆਨੀ ਵਿੱਚ ਬੀਫ ਹੈ। ਮੇਵਾਟ ਵਿੱਚ ਬਿਰਿਆਨੀ ਵੇਚਣ ਵਾਲੇ 7 ਲੋਕਾਂ ਦੇ ਕੋਲੋਂ ਮੀਟ ਦੇ ਸੈਂਪਲ ਲਿੱਤੇ ਗਏ ਸਨ। ਪੰਜਾਬ ਵਿੱਚ ਘਨੇ ਕੁਆਸੇ ਦੀ ਵਜ੍ਹਾ ਤੋਂ ਇੱਕ ਬੱਸ ਅਤੇ ਲੌਂਗ ਬਾਡੀ ਵਾਲੇ ਟਰੱਕ ਦੀ ਭਿੜਤ ਹੋ ਗਈ, ਜਿਸ ਤੋਂ ਘੱਟ 8 ਲੋਕ ਮਾਰੇ ਗਏ ਅਤੇ 20 ਘਾਇਲ ਹੋ ਗਏ। ਘਾਇਲਾਂ ਨੇ ਆਰੋਪ ਲਗਾਇਆ ਕਿ ਪੀੜਿਤਾਂ ਦੀ ਮਦਦ ਦੇ ਲਈ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਅਧਿਕਾਰੀ ਟਾਈਮ ਉੱਤੇ ਨਹੀਂ ਪਹੁੰਚੇ ਸਨ। ਪੰਚਾਇਤੀ ਰਾਜ ਵਿਭਾਗ ਨੇ ਜ਼ਿਲ੍ਹੇ ਦੇ 14 ਹੋਰ ਪਿੰਡਾਂ ਵਿੱਚ ਪੰਜਾਬ ਦੇ ਸਿੱਚੇਵਾਲ ਪਿੰਡ ਦੇ ਮਾਡਲ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ। ਇਸ ਮਾਡਲ ਦੇ ਤਹਿਤ ਨਾਲੀ ਦੇ ਪਾਣੀ ਨੂੰ ਸਿੰਚਾਈ ਦੇ ਲਈ ਇਸਤੇਮਾਲ ਕੀਤਾ ਜਾਵੇਗਾ। ਪੱਛਮੀ ਦਿੱਲੀ ਵਿੱਚ ਡਕੈਤੀ ਦੀ ਕੋਸ਼ਿਸ਼ ਵਿੱਚ ਹਰਿਆਣਾ ਦੇ ਇੱਕ ਵਿਵਸਾਇੀ ਦੀ ਹੱਤਿਆ ਦੇ ਸਿਲਸਿਲੇ ਵਿੱਚ ਇੱਕ ਹਾਈਵੇ ਡਕੈਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਘੱਟ ਤੋਂ ਘੱਟ ਡਕੈਤੀ ਦੇ 10 ਮਾਮਲਿਆਂ ਵਿੱਚ ਸ਼ਾਮਲ ਸੀ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।